ਮੈਂ ਕਹਿੰਦਾ ਜਿਹੜਿਆਂ 'ਤੇ ਅਕਾਲੀ ਦਲ ਵਾਲਿਆਂ ਦੇ ਮੂੰਹ 'ਤੇ ਆਪਦੇ ਕਲਸ ਫਿਰੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਨਾਲ ਬੇਅਦਬੀ ਕਰਨ 'ਤੇ, ਉਹਨਾਂ ਦਾ ਕੋਈ ਮਿਆਰ ਹੈ ਵੀ ਉਹ ਕਿਸੇ 'ਤੇ ਜ਼ੁਰਤ ਕਰਨ? ਪਰ ਜਿਹੜੇ ਵੀ ਹੈ, ਮੈਨੂੰ ਨਹੀਂ ਪਤਾ ਕੌਣ ਨੇ, ਪਰ ਜਿਹੜੇ ਵੀ ਹੈ ਉਹਨਾਂ ਨੂੰ ਮਾੜੀ ਮੋਟੀ ਸ਼ਰਮ ਚਾਹੀਦੀ ਹੈ। ਅਸੀਂ ਹਰ ਰਾਜਨੀਤੀ ਆ ਜਿਹੜੀ ਉਹ ਮੁੱਦਿਆਂ 'ਤੇ ਹੁੰਦੀ ਆ, ਉਹ ਹਮੇਸ਼ਾ ਜਿੱਤ ਹਾਰ 'ਤੇ ਪੋਲੀਟਿਕਸ ਦੇ ਵਿੱਚ ਖੜ੍ਹੀ ਆ ਜਦੋਂ ਲੋਕਾਂ ਦੇ ਵੋਟ ਲੋਕਤੰਤਰ ਜਾਂਦੇ ਆ। ਇਹ ਕੀ ਕੰਮ ਜੇ ਅਕਾਲੀ ਦਲ ਨੇ ਕੀਤਾ? ਮੈਂ ਸਮਝਦਾ ਅਕਾਲੀ ਦਲ ਤਾਂ ਆਪਣਾ ਮਿਆਰ ਹੀ ਖੋ ਚੁੱਕਿਆ ਹੈ, ਇੰਨੇ ਇਸ ਲੈਵਲ 'ਤੇ ਡਿੱਗ ਗਏ ਨੇ ਉਹ ਵੀ ਉਹਨਾਂ ਕੋਲ ਹੋਰ ਕੋਈ ਮੁੱਦਾ ਨਹੀਂ ਗਾ। ਸਰਪੰਚੀ ਦੀਆਂ ਇਲੈਕਸ਼ਨਾਂ ਹੋ ਰਹੀਆਂ, ਉੱਥੇ ਲੜਨ, ਉੱਥੇ ਲੜਾਈ ਲੜਨ ਜਿਹੜੀ ਸਿਆਸਤ ਦੀ ਲੜਨੀ ਆ। ਪਰ ਕਿਸੇ ਇੱਕ ਪ੍ਰਧਾਨ ਮੰਤਰੀ ਜਿਹੜਾ ਰਿਹਾ ਹੋਵੇ ਅਤੇ ਜਿਹੜਾ ਪ੍ਰਧਾਨ ਮੰਤਰੀ ਸ਼ਹੀਦ ਹੋਇਆ ਹੋਵੇ, ਟੁਕੜੇ ਟੁਕੜੇ ਹੋਏ ਹੋਣ, ਉਹਦੇ ਬੁੱਤ 'ਤੇ ਜਿਹਨੇ ਵੀ ਇਹ ਕੀਤੀ ਆ ਮੰਦਭਾਗੀ ਗੱਲ ਆ, ਉਹਨਾਂ ਨੂੰ ਬਹੁਤ, ਮੈਂ ਸਮਝਦਾ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਉਹ ਥੋੜ੍ਹੀ ਆ। ਮੈਂ ਸਮਝਦਾ ਮਿਆਰ ਤੋਂ ਥੱਲੇ ਡਿੱਗ ਕੇ ਰਾਜਨੀਤੀ ਕੀਤੀ ਆ ਜਿਹਨੇ ਵੀ ਕੀਤੀ ਆ, ਅਤੇ ਮੈਂ ਸਮਝਦਾ ਸਿਰਫ ਆ ਮੀਡੀਆ 'ਚ ਟੀ ਵੀ 'ਤੇ ਸੁਰਖੀਆਂ ਦੇ ਲੈਣ ਲਈ ਇਹ ਉਹਨਾਂ ਨੇ ਕੰਮ ਕੀਤਾ, ਜਿਨ੍ਹਾਂ ਨੇ ਵੀ ਕੀਤਾ, ਕਿਉਂਕਿ ਉਹਨਾਂ ਕੋਲ ਮੁੱਦਿਆਂ ਦੀ ਕਮੀ ਆ। ਇਸ ਮੁੱਦੇ ਨੂੰ ਲੈ ਕੇ ਉਹਨਾਂ ਨੇ ਕਿਹਾ ਜੀ ਜਿਹੜੇ ਕਾਤਲ ਨੇ, ਇਸ ਕਰਕੇ ਉਹਨਾਂ ਨੇ ਕਹਿੰਦੇ ਵੀ ਅਸੀਂ ਜਿਹੜਾ ਸੱਜਣ ਕੁਮਾਰ ਦੇ ਕੀ ਕਾਨੂੰਨ ਤੋਂ ਉੱਤੇ ਹੋ ਤੁਸੀਂ, ਜਿਹੜੇ ਵੀ ਹੈਗੇ ਹੋ ਤੁਸੀਂ ਕਾਨੂੰਨ ਤੋਂ ਉੱਤੇ ਹੋ, ਜੋ ਸੁਪਰੀਮ ਕੋਰਟ ਜੋ ਹਾਈ ਕੋਰਟ ਜਿਹਨੂੰ ਵੀ ਸਜ਼ਾ ਦੇ ਰਿਹਾ, ਚਾਹੇ ਉਹ ਸੱਜਣ ਕੁਮਾਰ ਨੂੰ ਦੇ ਰਿਹਾ ਜਾਂ ਜਿਹਨੂੰ ਵੀ ਦੇ ਰਿਹਾ, ਉਹਦਾ ਸਾਰੇ ਸਵਾਗਤ ਕਰਦੇ ਆ। ਪਰ ਤੁਸੀਂ ਕੌਣ ਹੁੰਦੇ ਹੋ ਕਿਸੇ ਨੂੰ ਸਜ਼ਾ ਦੇਣ ਵਾਲੇ? ਤੁਸੀਂ ਦੱਸੋ ਤਾਂ ਸਹੀ, ਤੁਸੀਂ ਕਿਹੜੇ ਏਜੰਸੀ ਦੇ ਬੰਦੇ ਹੋ? ਤੁਸੀਂ ਕਿਹਦੇ 'ਤੇ ਮਾਹੌਲ ਖਰਾਬ ਕਰਨ ਦੀ, ਪੰਜਾਬ ਦੀ ਜਿਹੜਾ ਅਮਨ ਸ਼ਾਂਤੀ ਆ ਉਹਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਆ? ਜਿਹਨੇ ਵੀ ਇਹ ਕੀਤੀ ਆ ਉਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਏ, ਉਹ ਕਿਤੇ ਨਾ ਕਿਤੇ ਬਾਹਰੋਂ ਵਿਕਿਆ ਹੋਇਆ ਏ, ਉਹ ਪੈਸਿਆਂ 'ਤੇ ਬਾਹਰੋਂ ਜਿਹੜਾ ਉਹਨੂੰ ਕਿਤੇ ਨਾ ਕਿਤੇ ਉਹ ਫੰਡਿੰਗ ਹੋਈ ਆ, ਜਿਹਦੀ ਛਾਨਬੀਨ ਹੋਣੀ ਚਾਹੀਦੀ ਆ। ਅੱਗੇ ਕਰਾਂਗੇ ਅਸੀਂ ਇਹ ਸਾਰੀ ਗੱਲ ਕਰਾਂਗੇ। ਇਹ ਕੋਈ ਜ਼ਰੂਰਤ ਆ ਕਿਸੇ ਦੀ ਮਾਹੌਲ ਖਰਾਬ ਕਰਦੇ ਹੋ? ਕੰਪਲੇਂਟ ਤਾਂ ਦੇਖੋ ਐਡਮਿਨਿਸਟ੍ਰੇਸ਼ਨ ਨੇ ਆਪਣਾ ਕੰਮ ਕਰਨਾ ਹੀ ਕਰਨਾ ਏ, ਪਰ ਮੈਂ ਸਮਝਦਾ ਕਿਸੇ ਦੀ ਹਿੰਮਤ ਨਹੀਂ ਹੋਣੀ ਚਾਹੀਦੀ ਪੰਜਾਬ ਸਰਕਾਰ ਦੇ ਜਦੋਂ ਇਸ ਵੇਲੇ ਸਰਕਾਰ ਦੇ ਵਿੱਚ ਵੀ ਕੋਈ ਐਸਾ ਕਾਨੂੰਨ ਆਪਣੇ ਹੱਥ ਲਵੇ, ਸਖ਼ਤ ਤੋਂ ਸਖ਼ਤ ਜਿਹੜੀ ਕਾਰਵਾਈ ਹੈ ਜਿਹੜਾ ਵੀ ਆ ਲੱਲੀ ਛੱਲੀ ਉਹਦੇ ਖਿਲਾਫ਼ ਸਖ਼ਤ ਕਾਰਵਾਈ ਹੋਏਗੀ। ਸਾਡੇ ਇੱਕ ਕੁਲੀਗ ਨੇ ਕੱਲ੍ਹ ਵਾਪਸੀ ਕੀਤੀ ਆ, ਉਹਦਾ ਬੜਾ ਸ਼ੋਰ ਮਚਾ ਰਹੇ ਨੇ ਕਿ ਬਹੁਤ ਬਲ ਮਿਲ ਗਿਆ, ਬਹੁਤ ਸ਼ਕਤੀ ਮਿਲ ਗਈ। ਜੈਕਿਸ਼ਨ ਸਿੰਘ ਰੂੜੀ ਸਾਡਾ ਕੁਲੀਗ ਹੈ MLA, ਉਹ ਆਏ ਵੀ ਆਪਣੀ ਮਰਜ਼ੀ ਦੇ ਨਾਲ ਅਤੇ 4 ਮਹੀਨਿਆਂ ਬਾਅਦ ਗਏ ਵੀ ਆਪਣੀ ਮਰਜ਼ੀ ਦੇ ਨਾਲ। ਔਰ ਉਹਨਾਂ ਦੀ ਜਿਹੜੀ ਪਹਿਲੀ ਪ੍ਰੈਸ ਕਾਨਫਰੰਸ ਸੀਗੀ ਉਹਦੇ 'ਚ ਉਹਨਾਂ ਨੇ ਇਹ, ਅਸੀਂ ਕਿਸੇ ਨੇ ਉਹਨਾਂ ਨੂੰ ਕੁਛ ਕਿਹਾ ਨਹੀਂ ਸੀਗਾ, ਬਹੁਤ ਜ਼ਿਆਦਾ ਸਖ਼ਤ ਸ਼ਬਦਾਂ 'ਚ ਕਿਹਾ ਕਿ ਜਿਹੜਾ ਦਿੱਲੀ ਦਾ ਲੀਡਰ ਹੈ ਮਨੀਸ਼ ਸਿਸੋਡੀਆ, ਇਹਦੀ ਧੌਣ ਵਿੱਚ ਕਿੱਲਾ ਵਾ, ਸਰੀਆ ਇਹਦੀ ਧੌਣ ਵਿੱਚ, ਇਹਦੀ ਧੌਣ 'ਚੋਂ ਸਰੀਆ ਕੱਢਣਾ ਮੈਂ। ਹੁਣ ਪਤਾ ਨਹੀਂ ਜਦੋਂ ਉਹਦੇ ਨਾਲ ਜਾ ਕੇ ਖੜ੍ਹੇ ਹੋਏ ਹੋਣੇ ਆ ਉਹ ਸ਼ਬਦ ਉਹਨਾਂ ਨੂੰ ਯਾਦ ਆਏ ਕਿ ਨਹੀਂ ਆਏ, ਸ਼ਾਇਦ ਸਰੀਆ ਕੱਢ ਦਿੱਤਾ ਹੋਵੇ, ਅਤੇ ਮਨੀਸ਼ ਨੂੰ ਵੀ ਦੱਸਣਾ ਚਾਹੀਦਾ ਕਿ ਕੀ ਉਹਦੀ ਧੌਣ 'ਚ ਸਰੀਆ ਸੀਗਾ ਅਤੇ ਕੀ ਉਹ ਨਿਕਲ ਗਿਆ ਵਾ। ਸੋ ਇਸ ਲਈ ਮੈਂ ਇਹਦੇ 'ਤੇ ਜ਼ਿਆਦਾ ਟਿੱਪਣੀ ਨਹੀਂ ਕਰਨਾ ਚਾਹੁੰਦਾ। ਲੋਹੜੀ ਤੀਸਰੇ ਫਰੰਟ ਦੀ ਹੈ, ਪੰਜਾਬ ਦੇ ਲੋਕ ਹਰ ਵਾਰੀ ਤੀਸਰੇ ਫਰੰਟ ਨੂੰ ਵੱਧ ਵੋਟਾਂ ਪਾਉਂਦੇ ਆ, ਪਰ ਉਹ ਕੋਈ ਇਹੋ ਜਿਹਾ ਨਹੀਂ ਆ ਸਕਿਆ ਮੂਹਰੇ ਕਿ ਇਹਨਾਂ ਦੋ ਪਾਰਟੀਆਂ ਨੂੰ, ਕਾਂਗਰਸ ਅਤੇ ਬਾਦਲ ਦਲ ਭਾਜਪਾ ਨੂੰ ਪਾਸੇ ਕਰ ਸਕੇ। ਮੈਂ ਪੂਰੀ ਕੋਸ਼ਿਸ਼ ਲਾਊਂਗਾ, ਜਿੰਨਾ ਮੇਰੇ 'ਚ ਤਾਣ ਆ ਮੈਂ ਉਹਦੇ 'ਚ ਲਾਊਂਗਾ ਕਿ ਮੈਂ ਤੀਸਰਾ ਫਰੰਟ, ਤੀਜੇ ਚੰਗੇ ਲੋਕ ਉਹਦੇ ਵਿੱਚ ਆਉਣ ਅਤੇ ਕੇਸਰੀ ਨਿਸ਼ਾਨ ਸਾਹਿਬ ਦੀ ਚੜ੍ਹਾਈ ਰਹੇ। ਪੰਜਾਬ ਦੀ ਧਰਤੀ ਆ, ਗੁਰੂਆਂ ਪੀਰਾਂ ਦੀ ਧਰਤੀ ਆ, ਇੱਥੇ ਧਰਮ ਦਾ ਬੋਲਬਾਲਾ ਰਹਿਣਾ ਚਾਹੀਦਾ, ਨਾ ਕਿ ਇਹੋ ਜਿਹੇ ਲੋਕ ਆਉਣ ਜਿਹੜੇ ਸ਼ਰਾਬਾਂ ਪੀਣ, ਜਿਹੜੇ ਬਲੈਕ ਗਏ ਹੋਣ, ਜਿਹੜੇ ਲੋਕਾਂ ਦੇ ਕਤਲੋਗਾਰਦ ਕਰਾਉਣ, ਉਹਨਾਂ ਦਾ ਰਾਜ ਸਾਨੂੰ ਬਰਦਾਸ਼ਤ ਨਹੀਂ। ਘਸੁੱਟ ਨਾ ਹੋਵੇ, ਧਰਮ ਦਾ ਬੋਲਬਾਲਾ ਹੋਵੇ, ਚੰਗਾ ਰਾਜ ਆਵੇ। ਇਸ ਕਰਕੇ ਮੈਂ 22 ਫਰਵਰੀ ਨੂੰ ਰਣਸਿੰਘ ਕਲਾਂ ਦੀ ਦਾਣਾ ਮੰਡੀ ਵਿੱਚ ਪੂਰੀ ਕੋਸ਼ਿਸ਼ ਕਰਾਂਗੇ ਕਿ ਹਰ ਉਹ ਇਨਸਾਫ ਪਸੰਦ ਹਿੰਦੂ, ਸਿੱਖ, ਬੋਧੀ, ਸਾਰੇ ਅਕਾਲੀ ਦਲਾਂ ਦੇ ਨੁਮਾਇੰਦੇ, ਹੋਰ ਪਾਰਟੀਆਂ ਦੇ ਬੰਦੇ, ਉਹਨਾਂ ਨੂੰ ਮੈਂ ਸੱਦਾ ਦੇਊਂਗਾ ਅਤੇ ਉਹ ਜਿਹੜੀ ਮੀਰੀ ਪੀਰੀ ਕਾਨਫਰੰਸ ਹੋਊ ਉਹਦੀ ਗਵਾਹੀ ਸ਼੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਭਾਈ ਬਲਜੀਤ ਸਿੰਘ ਜੀ ਦਾਦੂਵਾਲ ਕਰਨਗੇ, ਕਿਉਂਕਿ ਉਹ ਸਾਂਝੇ ਬੰਦੇ ਆ, ਉਹ ਸਾਰਿਆਂ ਦੇ ਸਾਂਝੇ ਆ, ਜਥੇਦਾਰ ਆ, ਇਸ ਕਰਕੇ ਗਵਾਹੀ ਉਹ ਕਰਨਗੇ। ਅਸੀਂ ਅੱਜ ਤੋਂ ਬਾਅਦ 8 ਜਨਵਰੀ ਵਾਲੀ ਜੋ ਸਾਡਾ ਕਨਵੈਨਸ਼ਨ ਸੀ ਨਿਹਾਲ ਸਿੰਘ ਨੂੰ ਰੱਦ ਕਰਦੇ ਹਾਂ ਅਤੇ ਅਸੀਂ 22 ਫਰਵਰੀ ਨੂੰ ਇੱਕ ਰਾਜਸੀ ਪਾਰਟੀ ਦੇ ਮੰਚ 'ਤੇ, ਸ਼੍ਰੋਮਣੀ ਅਕਾਲੀ 920 ਦੇ ਮੰਚ 'ਤੇ ਅਸੀਂ ਉੱਥੇ ਮੀਰੀ ਪੀਰੀ ਕਾਨਫਰੰਸ ਕਰਾਂਗੇ। ਔਰ ਸਾਰਿਆਂ ਨੂੰ ਮੈਂ ਜਿੱਥੋਂ ਤਾਈਂ ਮੇਰੀ ਆਵਾਜ਼ ਜਾਵੇ ਵਿਦੇਸ਼ਾਂ 'ਚ ਬੈਠੇ ਵੀਰਾਂ ਨੂੰ ਕਿ ਉਹਦੇ ਵਿੱਚ ਸਾਡੇ ਵੱਧ ਤੋਂ ਵੱਧ ਉਹਦੇ ਵਿੱਚ ਦਮਦਮੀ ਟਕਸਾਲਾਂ ਨੂੰ ਵੀ ਕਹੂੰਗਾ, ਸਾਰਿਆਂ ਨੂੰ ਆਖੂੰਗਾ ਕਿ ਸਾਡੀ ਮਦਦ ਵੀ ਕੀਤੀ ਜਾਵੇ ਅਤੇ ਉੱਥੇ ਵੱਡਾ ਇੱਕ ਇਕੱਠ ਕਰਕੇ ਪੰਜਾਬ ਦੀ ਜੋ ਵਿਗੜੀ ਆ ਉਹਨੂੰ ਸਮਾਰਿਆ ਜਾਵੇ। ਅਸੀਂ ਸਾਰਿਆਂ ਜਹੇਦਾਰ ਧਿਆਨ ਸਿੰਘ ਮੰਡ ਨੂੰ ਵੀ ਮੈਂ ਸੱਦਾ ਦੇਊਂਗਾ, ਪਰ ਜਿਹੜੀਆਂ ਮੈਂ 4 ਪਾਰਟੀਆਂ ਬੋਲੀਆਂ
ਇਹਨਾਂ ਨੂੰ ਮੈਂ ਸੱਦਾ ਨਹੀਂ ਦੇਊਂਗਾ। ਸਾਡਾ ਮੁੱਦਾ ਉੱਥੇ ਪੰਥ ਅਤੇ ਪੰਜਾਬ ਨੂੰ ਬਚਾਉਣ ਦਾ। ਮੈਂ ਸਾਰਿਆਂ ਨੂੰ ਸੱਦਾ ਦਿਉਂ, ਟਕਸਾਲੀ ਆਗੂਆਂ ਨੂੰ ਵੀ, ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ ਵੀ, ਸਿਮਰਜੀਤ ਸਿੰਘ ਬੈਂਸ ਨੂੰ ਵੀ, ਡਾਕਟਰ ਗਾਂਧੀ ਨੂੰ ਵੀ, ਹੋਰ ਵੀ ਬਹੁਤ ਸਾਰੇ ਇਹੋ ਜਿਹੇ ਇਕੱਲੇ ਇਕੱਲੇ ਬਹੁਤ ਇਕੱਲੇ ਇਕੱਲੇ ਇਹੋ ਜਿਹੇ ਬੁਲਾਰੇ, ਬੁੱਧੀਜੀਵੀ, ਅਰਥ ਸ਼ਾਸਤਰੀ ਜਿਹੜੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ, ਅਸੀਂ ਸਭ ਨੂੰ ਸੱਦਾ ਦੇਵਾਂਗੇ। ਕੋਈ ਇਹੋ ਜਿਹੀ ਕਸਰ ਨਹੀਂ ਛੱਡਾਂਗੇ ਜਿਹਦੇ ਘਰ ਜਾ ਕੇ ਨਹੀਂ ਦਰਵਾਜ਼ਾ ਖੜਕਾਵਾਂਗੇ ਕਿ ਮੇਰੀ ਪੀਰੀ ਕਾਨਫਰੰਸ ਵਿੱਚ ਰਣਸੀਂ ਕਲਾਂ ਜ਼ਰੂਰ ਇੱਕ ਰੋਜ਼ਾ ਹੋਊਗੀ, ਉੱਥੇ ਜ਼ਰੂਰ ਹਾਜ਼ਰੀ ਭਰ ਕੇ ਆਪਦੇ ਵਡਮੁੱਲੇ ਵਿਚਾਰ ਦੇ ਕੇ ਤਾਂ ਜੋ ਪੰਜਾਬ ਦਾ ਕੁਝ ਬਣ ਸਕੇ। 14 ਤਰੀਕ ਨੂੰ ਇੱਥੇ ਆਪਣਾ ਧਰਨੇ 'ਤੇ ਆਏ ਸੀ ਕੋਟਕਪੂਰੇ ਚੌਂਕ 'ਚ, ਉੱਥੇ ਮੇਰੇ ਦੋਨਾਂ ਪੱਟਾਂ ਦੇ ਵਿੱਚ ਗੋਲੀ ਲੱਗੀ ਸੀ। ਉਸ ਤੋਂ ਪਹਿਲਾਂ ਕੋਈ ਆਪਣਾ ਨਾ ਤਾਂ ਕੋਈ FIR ਹੋਈ ਸੀ ਅਤੇ ਨਾ ਹੀ ਕੋਈ ਐਕਸ਼ਨ ਲਿਆ ਗਿਆ, ਅਤੇ ਆਹ ਹੁਣ ਆਪਣਾ FIR ਦਰਜ ਹੋਈ ਅਤੇ ਉਹਦੇ ਸੰਬੰਧੀ ਕਾਰਵਾਈ ਜਾਰੀ ਹੈ ਜੀ। ਅਤੇ ਪਰ ਜੋ ਇਹ SIT ਹੁਣ ਬਣੀ ਹੈ, ਇਸ ਦੀ ਜਿਹੜੀ ਤਫਦੀਸ਼ ਜਾਰੀ ਹੈ ਫਿਲਹਾਲ, ਇਸ ਤੋਂ ਅਸੀਂ ਉਮੀਦ ਲਗਾ ਸਕਦੇ ਹਾਂ ਕਿ ਇਨਸਾਫ ਸਾਨੂੰ ਦਬਾ ਕੇ ਰਹੇਗੀ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ SIT ਦੀ ਤਫਤੀਸ਼ ਜਾਰੀ ਹੈ, ਅਤੇ ਇਹਦੇ ਵਿੱਚ ਅੱਜ ਜੋ ਕੰਪਲੇਨੈਂਟ ਜੋ ਇੰਜਰਡ ਹੋਏ ਸੀਗੇ ਅਜੀਤ ਸਿੰਘ, ਉਹਨਾਂ ਨੂੰ ਬੁਲਾਇਆ ਗਿਆ ਸੀ ਦੁਬਾਰਾ, ਅਤੇ ਉਹਨਾਂ ਦਾ ਜਿਹੜਾ ਇੰਜਰੀ ਰਿਪੋਰਟ ਸੀ ਉਸ ਦੇ ਨਾਲ ਉਹਨਾਂ ਦੇ ਨਾਲ ਪੁੱਛਗਿੱਛ ਕੀਤੀ ਗਈ, ਅਤੇ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਇਲਾਜ ਹੋਇਆ ਸੀ, ਇੰਜਰੀ ਰਿਪੋਰਟ, ਟ੍ਰੀਟਮੈਂਟ ਰਿਪੋਰਟ ਅਤੇ ਉਹਨਾਂ ਦੇ ਨਾਲ ਪੁੱਛਗਿੱਛ ਕਰਕੇ ਫਿਰ ਅਸੀਂ ਆਪਣੀ ਰਿਪੋਰਟ ਬਣਾਏ। ਇਸ ਤੋਂ ਇਲਾਵਾ ਜੋ ਬਾਕੀ ਤਫਤੀਸ਼ ਚੱਲ ਰਹੀ ਹੈ ਉਸ ਦੇ ਵਿੱਚ ਅਸੀਂ ਰਿਵਿਊ ਕਰਕੇ, ਬਾਕੀ ਕਈ ਹੋਰ ਵਿਟਨੈਸ ਆਏ ਉਹਨਾਂ ਦਾ ਬਿਆਨ ਕਲਮ ਬੰਦ ਕੀਤਾ ਗਿਆ, ਅਤੇ ਸਾਡੀ ਤਫਤੀਸ਼ ਚੱਲ ਰਹੀ ਹੈ। ਬਹੁਤ ਸਾਰੇ ਵਿਅਕਤੀਆਂ ਦੇ ਬਿਆਨ ਹੋ ਗਏ, ਬਹੁਤ ਸਾਰੇ ਵਿਅਕਤੀਆਂ ਦੇ ਨਾਲ ਪੁੱਛਗਿੱਛ ਕੀਤੀ ਗਈ ਹੈ। ਅਸੀਂ ਉਮੀਦ ਕਰਦੇ ਹਾਂ ਕਿ ਬਹੁਤ ਛੇਤੀ ਮਤਲਬ ਇਸ ਤਫਤੀਸ਼ ਨੂੰ ਕੰਕਲੂਡ ਕਰਾਂਗੇ। ਕਿਸ ਤਰ੍ਹਾਂ ਦੀ ਗੰਭੀਰ ਤਫਤੀਸ਼ ਆ ਰਹੀ ਹੈ? ਤਫਤੀਸ਼ ਤੁਹਾਨੂੰ ਪਤਾ ਹੈ ਕਿ ਪੂਰਾ ਟ੍ਰਾਂਸਪੇਰੈਂਟ ਮੈਨਰ ਦੇ ਵਿੱਚ ਚੱਲ ਰਹੀ ਹੈ, ਅਤੇ ਬਹੁਤ ਫੇਅਰ ਅਤੇ ਇੰਪਾਰਸ਼ੀਅਲ ਚੱਲ ਰਹੀ ਹੈ, ਅਤੇ ਇਸ ਦੇ ਵਿੱਚ ਪਬਲਿਕ ਦਾ ਬਹੁਤ ਸਪੋਰਟ ਮਿਲ ਰਿਹਾ ਹੈ ਹਰ ਪੱਖੋਂ, ਮਤਲਬ ਬਹੁਤ ਤਰੀਕੇ ਦੇ ਨਾਲ ਇਸ ਦੀ ਤਫਤੀਸ਼ ਚੱਲ ਰਹੀ ਹੈ ਪ੍ਰੋਫੈਸ਼ਨਲ ਮੈਨਰ ਦੇ ਵਿੱਚ। ਦੇਖੋ ਹਰ ਪੱਖੋਂ ਸਹਿਯੋਗ ਕਾਫੀ ਮਿਲ ਰਿਹਾ ਹੈ, ਇਸ ਕਰਕੇ ਮਤਲਬ ਮੈਂ ਤਫਤੀਸ਼ ਦੇ ਕਿਸੇ ਡਿਟੇਲ ਦੇ ਵਿੱਚ ਗਏ ਬਗੈਰ ਮੈਂ ਕਹਾਂਗਾ ਕਿ ਅਸੀਂ ਛੇਤੀ ਇਸ ਤਫਤੀਸ਼ ਨੂੰ ਕੰਕਲੂਡ ਕਰਾਂਗੇ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੁੰਦੇ ਜਿਹੜੇ ਲੁਧਿਆਣੇ ਦੇ ਵਿੱਚ ਰਾਜੀਵ ਗਾਂਧੀ ਜਿਹੜੀ ਹੈਗੀ ਉਹਨਾਂ ਦੀ ਮੂਰਤੀ ਉੱਤੇ ਮੂੰਹ ਕਾਲਾ ਕੀਤਾ ਗਿਆ, ਉਹਦੇ ਰੰਗ ਲਾਲ ਕੀਤਾ ਗਿਆ ਹੱਥਾਂ ਦਾ? ਦੇਖੀਏ, ਉਹ ਲੋਕ ਕਾਂਗਰਸ ਕੇ ਉੱਪਰ ਸਵਾਲ ਖੜਾ ਕਰਨਾ ਚਾਹਤੇ ਹੈ ਕਿ ਕਾਂਗਰਸ ਸਿੱਖੋ ਕੀ ਦੁਸ਼ਮਨ ਹੈ? ਵੋ ਕਾਂਗਰਸ ਜਿਸਨੇ ਦੇਸ਼ ਕਾ ਰਾਸ਼ਟਰਪਤੀ ਸਿੱਖੋ ਬਣਾਇਆ, ਦੇਸ਼ ਕਾ ਪ੍ਰਧਾਨ ਮੰਤਰੀ ਸਿੱਖੋ ਬਣਾਇਆ, ਔਰ ਦੇਸ਼ ਕੀ ਫੌਜੋ ਕਾ ਜਰਨੈਲ ਵੀ ਸਿੱਖੋ ਬਣਾਇਆ, ਔਰ ਉਸ ਮੋਦੀ ਕੇ ਤਲਵੇ ਚਾਟ ਰਹੇ ਹੋ ਜਿਸਨੇ ਗੋਧਰਾ ਕਾਂਡ ਕਰਵਾਇਆ, 50,000 ਸਿੱਖੋ ਕੋ ਗੁਜਰਾਤ ਸੇ ਨਿਕਲਨੇ ਕਾ ਆਦੇਸ਼ ਜਾਰੀ ਕੀਆ, ਔਰ ਆਪ ਸਵਾਲ ਖੜਾ ਕਰ ਰਹੇ ਹੋ ਆਪਕੇ ਉਪਰ ਬਾਈਬਲ ਕਲਾਂ ਔਰ ਬਰਗਾੜੀ ਕਾਂਡ ਸੇ ਖੂਨ ਸੇ ਹਾਥ ਆਪਕੇ ਰੰਗੇ ਹੈ। 2019 ਆਨੇ ਵਾਲਾ ਹੈ, ਲੋਕ ਆਪਕੋ ਆਪਣੀ ਜ਼ਮੀਨ ਵੀ ਦਿਖਾਏਂਗੇ, ਤੁਹਾਡੀ ਔਕਾਤ ਵੀ ਦਿਖਾਏਂਗੇ। ਉਨਕਾ ਕਹਿਣਾ ਹੈ ਕਿ ਪੂਰੇ ਪੰਜਾਬ ਮੇ ਜਹਾਂ ਵੀ ਪੁਤਲਾ ਲਗਾ ਗਿਆ ਵਹਾਂ ਉਸਕੇ ਉਪਰ ਹਮ ਐਸੇ ਹੀ ਕਰੇਂਗੇ। ਅਰੇ ਹਮਨੇ ਕੋ ਚੂੜੀਆਂ ਕਾਂਗਰਸ ਨੇ ਨਹੀਂ ਪਹਿਨੀ, ਈਟ ਕਾ ਜਵਾਬ ਪੱਥਰ ਸੇ ਦੇਂਗੇ, ਉਹਨੇ ਬੋਲੀਏ ਬਿੱਲ ਸੇ ਅੰਦਰ ਰਹੇ ਤੋ ਅੱਛੀ ਬਾਤ ਹੈ, ਨਹੀਂ ਤੋ ਵੋ ਹਾਲ ਕਰੇਂਗੇ, ਯਾਦ ਕਰੋਗੇ। ਭਈਆ ਮੈਂ ਕਹਿ ਰਹਾ ਹੂੰ ਕਿ ਜੋ ਪ੍ਰਧਾਨ ਮੰਤਰੀ ਬਣਾ ਹੈ ਉਸਨੇ 50,000 ਸਿੱਖੋ ਕੋ ਗੁਜਰਾਤ ਨਿਕਾਲੇ ਕਾ ਆਰਡਰ ਜਾਰੀ ਕੀਆ, ਕਿਆ ਉਸਕੋ ਪ੍ਰਧਾਨ ਮੰਤਰੀ ਬਣਨੇ ਕਾ ਹੱਕ ਹੈ? ਔਰ ਕਿਆ ਜਿਸਨੇ ਗੋਧਰਾ ਕਾਂਡ ਕਰਵਾਇਆ ਔਰ ਉਸਕੋ ਪ੍ਰਧਾਨ ਮੰਤਰੀ ਬਣੇ ਰਹਿਣੇ ਕਾ ਹੱਕ ਹੈ, ਔਰ ਉਸਕੀ ਬੀਵੀ ਉਸਕੇ ਅੰਦਰ ਜੋ ਮਿਨਿਸਟਰ ਬਣੀ ਬੈਠੀ ਹੈ, ਕਿਆ ਉਸਨੇ ਕਭੀ ਸਵਾਲ ਕੀਆ ਕਿ ਗੁਜਰਾਤ ਕੇ ਜਿਤਨੇ ਵੀ ਸਿੱਖ ਹੈ ਉਨਕੋ ਬਾਹਰ ਨਿਕਾਲਨੇ ਕਾ ਮੋਦੀ ਨੇ ਆਦੇਸ਼ ਜਾਰੀ ਕੀਆ ਹੁਆ ਹੈ? ਕਿਆ ਕਭੀ ਪ੍ਰੋਟੈਸਟ ਕੀਆ ਬਾਦਲ ਪਰਿਵਾਰ ਨੇ? ਬਾਦਲ ਪਰਿਵਾਰ ਸੇ ਹਮੇ ਸਰਟੀਫਿਕੇਟ ਲੈਣੇ ਕੀ ਜ਼ਰੂਰਤ ਨਹੀਂ ਹੈ, ਔਰ ਹਮ ਬਾਰ ਬਾਰ ਯੇ ਕਹਿਣਾ ਚਾਹਤੇ ਹੈ ਕਿ ਕਾਂਗਰਸ ਪਾਰਟੀ ਹਤੈਚੀ ਹੈ ਤੋ ਦੇਸ਼ ਕੇ ਅੰਦਰ ਸਿੱਖੋ ਕੀ ਕੋਈ ਹਤੈਚੀ ਹੈ ਤੋ ਕਾਂਗਰਸ ਪਾਰਟੀ ਹੈ। ਮੈਂ ਜੰਪਲ ਤਾਂ ਇੱਥੇ ਟੱਲੇਵਾਲ ਦੀ ਹਾਂ ਪਿੰਡ ਦਾ, ਅਸੀਂ ਛੋਟੇ ਹੁੰਦੇ ਉੱਥੇ ਚਲੇ ਗਏ ਸੀ, 20 ਸਾਲ ਹੋ ਗਏ ਮੈਨੂੰ ਕੈਨੇਡਾ 'ਚ, ਸਰੀ 'ਚ ਮੈਂ ਰਹਿੰਦਾ ਗਾ, ਅਤੇ ਮੈਂ ਹਰ ਸਾਲ ਇੱਥੇ ਆਉਂਦਾ ਗਾ, ਜੋ ਵੀ ਕੰਮ ਧੰਦਾ ਇੱਥੇ ਪਿੰਡ 'ਚ ਹੁੰਦਾ ਮੈਂ ਉਹਦੇ 'ਚ ਵੱਧ ਚੜ੍ਹ ਕੇ ਯੋਗਦਾਨ ਮੈਂ ਆਪਦੇ ਪਿਤਾ ਨੂੰ ਦੇਖਦਾ ਹੋਇਆ, ਉਹਨਾਂ ਦੇ ਕੰਮਾਂ ਨੂੰ ਮੈਨੂੰ ਵੀ ਮਾਣ ਹੁੰਦਾ ਵੀ ਮੇਰੇ ਪਿੰਡ 'ਚ ਮੈਂ ਕੰਮ ਕਰਾਵਾਂ, ਮੇਰੇ ਪਿੰਡ ਨੂੰ ਅਵੇਅਰ ਕਰਾਂ ਗਲੀਆਂ ਨਾਲੀਆਂ ਤੋਂ ਉੱਠ ਕੇ ਕੁਛ, ਉਹ ਤਾਂ ਚੱਲ ਕੰਮ ਆਪਾਂ ਕਰਨੇ ਹੀ ਆ ਗਲੀਆਂ ਨਾਲੀਆਂ ਦੇ ਵੀ, ਪਰ ਉਦੋਂ ਉੱਠ ਕੇ ਕੁਛ ਅਲਹਿਦਾ ਡਿਵੈਲਪਮੈਂਟ ਹੋਵੇ ਪਿੰਡ ਦੀ, ਸਫਾਈ ਦਾ ਹੋਵੇ, ਐਜੂਕੇਸ਼ਨ ਦਾ ਹੋਵੇ, ਹੈਲਥ ਦਾ ਹੋਵੇ। ਇੱਥੇ ਹਰ ਇਹ ਕੰਮਾਂ ਲਈ ਬਾਹਰ ਜਾਣਾ ਪੈਂਦਾ ਸ਼ਹਿਰ 'ਚ,
ਬਾਹਰ ਦੀ ਤਰਜ ਮੈਂ ਬਣਾਉਣਾ ਚਾਹੁੰਦਾ। ਬਾਹਰ ਜਿੱਥੇ ਵੀ ਕਿਤੇ ਛੋਟੇ ਤੋਂ ਛੋਟੇ ਪਿੰਡ 'ਚ ਵੀ ਜਾਓਗੇ, ਐਜੂਕੇਸ਼ਨ ਉੱਥੇ ਹੀ ਹੋਊਗੀ, ਹੈਲਥ ਉੱਥੇ ਹੀ ਹੋਊਗੀ, ਤੁਹਾਡੀ ਸਿਕਿਉਰਿਟੀ, ਤੁਹਾਡੀ ਸਫਾਈ, ਉਹ ਸਾਰਾ ਕੁਛ ਉੱਥੇ ਮੁਹੱਈਆ ਹੁੰਦਾ। ਇੱਥੇ ਹਰ ਚੀਜ਼ ਲਈ ਸ਼ਹਿਰ ਦੂਰ ਜਾਣਾ ਪੈਂਦਾ ਆਪਾਂ ਨੂੰ, ਚੰਡੀਗੜ੍ਹ, ਲੁਧਿਆਣੇ। ਮੈਂ ਉਹ ਚੀਜ਼ ਤੋਂ ਅਵੇਅਰ ਕਰਨਾ ਚਾਹੁੰਦਾ ਵੀ ਇਹ ਚੀਜ਼ ਆਪਾਂ ਪਿੰਡ 'ਚ ਲੈ ਕੇ ਆਈਏ, ਨਾ ਕਿ ਛੋਟੇ ਛੋਟੀਆਂ ਗੱਲਾਂ ਦਾ ਉਹ, ਬਾਕੀ ਸਾਰਿਆਂ ਦਾ ਏਕਤਾ, ਨਸ਼ਾ ਮੁਕਤ ਬਣਾਉਣਾ ਚਾਹੁੰਦਾ ਮੈਂ। ਕੰਮ ਪਹਿਲਾਂ ਸਭ ਤੋਂ ਪਹਿਲਾਂ ਤਾਂ ਸਫਾਈ ਆ, ਜੇ ਸਫਾਈ ਹੋਊਗੀ ਤਾਂ ਅੱਧੀਆਂ ਬਿਮਾਰੀਆਂ ਟੁੱਟਣਗੀਆਂ। ਇਹ ਚੀਜ਼ ਤੋਂ ਆਪਾਂ ਨੂੰ ਅਵੇਅਰ ਕਰਨ ਦੀ ਲੋੜ ਹੈਗੀ। ਸਾਡੇ ਪਿੰਡ ਹੋਸਪਿਟਲ ਆ, ਬਹੁਤ ਵੱਡਾ ਹੋਸਪਿਟਲ, ਵਧੀਆ, ਉਹਨੂੰ ਅਪਗ੍ਰੇਡ ਕਰਨਾ, ਸਾਰੀਆਂ ਮੁਹੱਈਆ ਇੱਥੇ ਹੋਣਗੀਆਂ, ਤਾਂ ਕਿ ਜਿਹੜੇ ਵੀ ਮੇਰੇ ਇੱਥੇ ਵੀਰ ਭਾਈ, ਉਹਨਾਂ ਨੂੰ ਬਾਹਰ ਜਾਣ ਦੀ ਲੋੜ ਨਾ ਪਵੇ ਦੂਰ, ਕਿਉਂਕਿ ਜਦੋਂ ਨੂੰ ਕਈ ਇਹੋ ਜਿਹੀ ਟਾਈਮ ਹੁੰਦੀ ਹੈ ਐਮਰਜੈਂਸੀ, ਜਦੋਂ ਦੂਰ ਜਾਂਦੇ ਹਾਂ ਉਦੋਂ ਨੂੰ ਉਹਨਾਂ ਨੂੰ ਬਹੁਤ ਮੁਸ਼ਕਲ ਆ ਜਾਂਦੀ ਹੈ ਜਦੋਂ ਨੂੰ ਹੋਸਪਿਟਲ ਪਹੁੰਚਦੇ ਆ। ਦੂਜੀ ਐਜੂਕੇਸ਼ਨ, ਇੱਥੇ ਟੀਚਰਾਂ ਦੀ ਵੀ ਘਾਟ ਆ, ਅਤੇ ਸਪੋਰਟਸ ਵਾਸਤੇ ਕੋਚ ਵਗੈਰਾ, ਸਾਡੇ ਗਰਾਊਂਡ ਆ ਵਧੀਆ ਇੱਥੇ ਮੁੰਡੇ, ਸਾਡਾ ਪਿੰਡ ਵੈਸੇ ਨਸ਼ਾ ਮੁਕਤ ਪਿੰਡ ਆ, ਪੰਜਾਬ 'ਚ ਇੱਕ ਪਿੰਡ ਇਹ ਜਿੱਥੇ ਨਸ਼ਾ ਮੁਕਤ ਆ। ਅਸੀਂ ਇਹਨੂੰ ਹੋਰ ਵੀ ਇੱਥੇ ਅਵੇਅਰ ਕਰਨਾ ਚਾਹੁੰਦੇ ਹਾਂ, ਆਲੇ ਦੁਆਲੇ ਦੇ ਪਿੰਡਾਂ ਨੂੰ ਵੀ ਇੱਥੇ ਮਿਸਾਲ ਪੈਦਾ ਕਰਨੀ ਚਾਹੁੰਦੇ, ਅਸੀਂ ਨੰਬਰ 1 ਪਿੰਡ ਬਣਾਉਣਾ ਚਾਹੁੰਦੇ ਹਾਂ ਟੱਲੇਵਾਲ ਨੂੰ। ਸਾਡਾ ਪਿੰਡ ਪਹਿਲਾਂ ਤੋਂ ਲੈ ਕੇ ਮਹਾਂਪੁਰਸ਼ਾਂ ਦਾ ਪਿੰਡ ਆ ਜੀ ਟੱਲੇਵਾਲ ਪਿੰਡ, ਸਾਡੇ ਮਹਾਂਪੁਰਸ਼ ਨੇ ਪਹਿਲਾਂ ਤੋਂ ਲੈ ਕੇ, ਸਾਡਾ ਪਿੰਡ ਧਾਰਮਿਕ ਤੌਰ 'ਤੇ ਵੀ ਬਹੁਤ ਅੱਗੇ ਹੈ ਜੀ, ਪਹਿਲਾਂ ਤੋਂ ਲੈ ਕੇ ਅਕੈਡਮੀ ਆ ਸਕੂਲ ਆ, ਅਤੇ ਪਿਛਲੇ 15 ਸਾਲਾਂ ਤੋਂ ਲੈ ਕੇ ਸਾਡੇ ਪਿੰਡ ਦਾ ਕੋਈ ਵਿਕਾਸ ਨਹੀਂ ਹੋਇਆ। ਪਿੰਡ ਵੀ ਸਾਡਾ 2-3 ਪਾਰਟੀਆਂ ਦੇ ਵਿੱਚ ਵੱਜ ਕੇ ਰਹਿ ਚੁੱਕਿਆ ਸੀਗਾ, ਕਿਉਂਕਿ ਆਪਸ ਵਿੱਚ ਲੋਕਾਂ ਦੀਆਂ ਦੁਸ਼ਮਣੀਆਂ ਪੈ ਚੁੱਕੀਆਂ ਸੀਗੀਆਂ। ਐਤਕੀ ਵਾਰੀ ਅਸੀਂ ਨੌਜਵਾਨਾਂ ਨੇ ਵੱਡਾ ਉਪਰਾਲਾ ਕੀਤਾ, ਹੋਰ ਵੀ ਪਾਰਟੀਆਂ ਨੇ ਸਾਰੀਆਂ ਨੇ ਆਪਣੀ ਧੜੇਬੰਦੀ ਖਤਮ ਕਰਨ ਲਈ ਇੱਕ ਮੁਹੱਈਆ ਸਾਰਾ ਕੰਮ ਇਕੱਠਾ ਹੋ ਕੇ ਕੀਤਾ ਗਾ ਵੀ ਆਪਾਂ ਇੱਕ ਨੌਜਵਾਨ ਮੁੰਡੇ ਨੂੰ ਅੱਗੇ ਲੈ ਕੇ ਆਈਏ ਜਿਹਦੀ ਵਧੀਆ ਸੋਚ ਹੋਵੇ, ਅਤੇ ਉਹ ਪਿੰਡ ਨੂੰ ਇੱਕ ਥਾਂ ਪਾਰਟੀਬਾਜ਼ੀ ਖਤਮ ਕਰਕੇ ਇੱਕ ਥਾਂ ਲਿਆ ਸਕੇ। ਅਸੀਂ ਇਸ ਕਰਕੇ ਸਾਨੂੰ ਸਾਡਾ ਭਰਾ ਹਰਸਰਨ ਸਿੰਘ ਵਧੀਆ ਲੱਗਿਆ, ਵਧੀਆ ਸੋਚਦਾ, ਇਹਨਾਂ ਨੇ ਬਾਹਰੋਂ ਆ ਕੇ ਆਪਣੇ ਪਿੰਡ ਦੇ ਲਈ ਵਧੀਆ ਸੋਚ ਆ ਇਹਨਾਂ ਦੀ, ਪਹਿਲਾਂ ਤੋਂ ਲੈ ਕੇ ਵੀ ਜੁੜੇ ਹੋਏ ਆ, ਹੁਣ ਵੀ ਅਸੀਂ ਇਹਨਾਂ ਤੋਂ ਆਸ ਕਰਦੇ ਹਾਂ ਵੀ ਸਾਡੇ ਪਿੰਡ ਨੂੰ ਵਧੀਆ ਸੇਧ ਦੇਊਗਾ। ਇਸ ਕਰਕੇ ਅਸੀਂ ਪਿੰਡ ਵਾਲਿਆਂ ਨੇ, ਸਾਰੇ ਨਗਰ ਵਾਲਿਆਂ ਨੇ ਇਕੱਠਾ ਹੋ ਕੇ, ਅਤੇ ਆਪੋ ਆਪਣੀ ਫੈਸਲੇ ਰੱਖ ਕੇ ਪਾਰਟੀਆਂ ਬਾਜ਼ੀਆਂ ਨੇ ਇਹਨਾਂ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਾ ਜੀ। NRI ਦਾ ਹਰ ਇੱਕ ਦਾ ਸੁਪਨਾ ਹੁੰਦਾ ਗਾ ਵੀ ਮੇਰਾ ਪਿੰਡ ਸੋਹਣਾ ਹੋਵੇ, ਮੇਰਾ ਏਰੀਆ ਸੋਹਣਾ ਹੋਵੇ, ਹਰ ਇੱਕ NRI ਨੂੰ ਹੈਗਾ ਵੀ ਸਾਡਾ ਪੰਜਾਬ ਸੋਹਣਾ ਹੋਵੇ। ਖਾਸ ਕਰ ਪਿੰਡ ਤਾਂ ਜਦੋਂ ਜਿਹੜਾ ਪਿੰਡ ਦੀ ਗੱਲ ਆ ਜਾਂਦੀ ਆ ਤਾਂ ਉਹਨੂੰ ਆਪਣਾ ਪਿੰਡ ਵੀ ਸੋਹਣਾ ਲੱਗਣਾ, ਜਿੰਨੇ ਕਿਤੇ ਪਿੰਡ ਸਾਡੇ ਅੱਗੇ ਗਏ ਵੇ ਹੈਗੇ, ਵਧੀਆ ਸੋਚ ਨੂੰ ਲੈ ਕੇ ਪਿੰਡ ਵਧੀਆ ਸੋਹਣੇ ਲੱਗਦੇ ਹੈਗੇ, ਉੱਥੇ NRI ਭਰਾਵਾਂ ਦਾ ਬਹੁਤ ਵੱਡਾ ਸਹਿਯੋਗ ਹੁੰਦਾ ਜੀ। ਕਿਉਂਕਿ ਸਾਡੇ ਪਿੰਡਾਂ ਦੇ ਵਿੱਚ ਕੀ ਆ, ਜਿਹੜੇ ਸਾਡੇ ਭਰਾ ਬੈਠੇ ਹੈਗੇ ਉਹ ਕੋਈ ਕਰਜ਼ੇ ਤੋਂ ਪਹਿਲਾਂ ਤੋਂ ਹੀ ਦਵੇ ਵਿਆ, NRI ਭਰਾਵਾਂ ਕੋਲ ਆਪਣਾ 10-12 ਹੁੰਦਾ, ਜਿੱਥੇ ਥੋੜ੍ਹੇ ਥੋੜ੍ਹੇ ਪੈਸੇ ਕੱਢ ਕੇ ਉਹ ਸਾਡੇ ਪਿੰਡ ਨੂੰ ਲੱਖਾਂ ਰੁਪਈਆਂ ਦੀ ਡਿਵੈਲਪਮੈਂਟ ਉਹ ਦੇ ਸਕਦੇ ਹੈਗੇ। ਇਸ ਕਰਕੇ ਸਾਨੂੰ ਵੱਡੀਆਂ ਆਸਾਂ NRI ਭਰਾਵਾਂ ਤੋਂ, ਸਾਡੇ ਹੀ ਭਰਾ ਨੇ ਜੀ, ਉਹ ਸਾਡੇ ਹੀ ਜਿਵੇਂ ਕਹਿ ਦਈਏ ਵੱਡੇ ਬਜ਼ੁਰਗਾਂ ਦੇ ਪੁੱਤਰ ਨੇ, ਅਸੀਂ ਉਹਨਾਂ ਤੋਂ ਤਾਂ ਵੱਡੀਆਂ ਆਸਾਂ ਰੱਖਦੇ ਹਾਂ ਜੀ, ਉਹਨਾਂ ਦੇ 10ਵੇਂ ਦਸਾਉਣ ਦੇ ਨਾਲ ਸਾਡੇ ਪਿੰਡ ਬਹੁਤ ਵਧੀਆ ਪੱਧਰ 'ਤੇ ਬਣ ਸਕਦੇ ਆ। ਦੇਖੋ ਜੀ, ਇਹਨਾਂ ਦਾ ਪਰਿਵਾਰ ਵੀ ਪਹਿਲਾਂ ਤੋਂ ਲੈ ਕੇ ਕੈਨੇਡਾ ਦੇ ਵਿੱਚ ਸੈੱਟ ਆ, ਇਹਨਾਂ ਦੇ ਪਿਤਾ ਜੀ ਸਵਰਗ ਵਾਸੀ ਸਰਦਾਰ ਸਰਜੀਤ ਸਿੰਘ ਜੀ, ਉਹਨਾਂ ਨੇ 10 ਸਾਲ ਸਰਪੰਚੀ ਕੀਤੀ ਆ ਪਿੰਡ ਦੇ ਵਿੱਚ, ਬਹੁਤ ਵਧੀਆ ਪਿੰਡ ਦਾ ਸਹਿਯੋਗ ਰਿਹਾ ਹੈਗਾ। ਇਹਨਾਂ ਨੂੰ ਅਸੀਂ ਬੇਨਤੀ ਕੀਤੀ ਹੈਗੀ ਵੀ 5 ਸਾਲ, ਦੇਖੋ ਪਹਿਲਾਂ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਹੈ ਵੀ ਇਹ ਨਾ ਹੋਵੇ ਵੀ ਤੁਸੀਂ ਕਿਤੇ 2 ਮਹੀਨੇ ਇੱਥੇ ਲਾ ਕੇ 10 ਸਾਲ ਉੱਥੇ, 10 ਮਹੀਨੇ ਉੱਥੇ ਲਾਵੋ, ਅਤੇ ਸਾਡਾ ਤਾਂ 15-20 ਸਾਲ ਵਰਗਾ ਉਹੀ ਕੰਮ ਹੋਜੂਗਾ। ਸਾਡੇ ਨਾਲ ਇਹਨਾਂ ਨੇ ਪ੍ਰੋਮਿਸ ਕੀਤਾ ਗਾ, ਵਾਅਦਾ ਕੀਤਾ ਗਾ, ਅਸੀਂ ਇੱਥੇ ਰਹਿ ਕੇ ਹੀ 5 ਸਾਲ, ਚਲੋ ਇੱਕ ਤਾਂ ਮਹੀਨਾ 20 ਦਿਨ ਜਾਣਾ ਪੈ ਗਿਆ, ਜੁਦਾ ਗੱਲ ਹੁੰਦੀ ਆ, ਇੱਥੇ ਰਹਿ ਕੇ ਹੀ ਅਸੀਂ ਪਿੰਡ ਦੀ ਸੇਵਾ ਕਰਾਂਗੇ, ਅਸੀਂ ਇਹਨਾਂ ਨਾਲ ਪਹਿਲਾਂ ਇਹ ਗੱਲ ਕੀਤੀ ਆ ਵਿੱਚ। ਪਹਿਲੀ ਗੱਲ ਤਾਂ ਅਸੀਂ ਪਾਰਟੀਬਾਜ਼ੀ ਬਹੁਤ ਸੀਗੀ ਜੀ, ਹੁਣ ਅਸੀਂ ਪਾਰਟੀਬਾਜ਼ੀ ਨੂੰ ਪਿੰਡ 'ਚੋਂ ਬਿਲਕੁਲ ਖਤਮ ਕਰਨਾ ਚਾਹੁੰਦੇ ਹਾਂ। ਹੁਣ ਬਾਬਾ ਜੀ ਦੀ ਪ੍ਰੇਰਣਾ ਹੋ ਗਈ, ਬਸ ਢਿੱਲੋਂ ਸਾਹਿਬ ਦਾ ਹੱਥ ਸੀਗਾ ਵੀ ਪਿੰਡ ਨੂੰ ਅੱਗੇ ਲੈ ਕੇ ਜਾਣਾ, ਇਸ ਕਰਕੇ ਅਸੀਂ ਜਿਹੜੀ ਇਹਦੇ 'ਤੇ ਸਹਿਮਤੀ ਕੀਤੀ ਹੈ ਕਿ ਨੌਜਵਾਨ ਮੁੰਡਾ ਯੂਥ ਆ ਇਹਦੇ, ਮਗਰ ਯੂਥ ਵੀ ਲੱਗਦਾ, ਸਿਆਣੇ ਵੀ ਲੱਗਦੇ ਆ, ਅਸੀਂ ਵੀ ਸਪੋਰਟ ਕਰਾਂਗੇ ਜੀ। ਅਸੀਂ ਕਹਿੰਦੇ ਵੀ ਜਿਹੜਾ ਪਿੰਡ ਆ ਉਹ ਅੱਗੇ ਵਧੇ, ਢਿੱਲੋਂ ਸਾਹਿਬ ਦਾ ਵੀ ਸਾਡੇ 'ਤੇ ਬਹੁਤ ਹੱਥ ਆ, ਕੇਵਲ ਸਿੰਘ ਢਿੱਲੋਂ ਦਾ ਵੀ, ਉਹ ਵੀ ਕਹਿੰਦੇ ਵੀ ਪਿੰਡ ਤਰੱਕੀ ਕਰੇ, ਪਰ ਪਿੰਡ ਤਰੱਕੀ ਉਦੋਂ ਕਰੂਗੇ ਤਾਂ ਪਾਰਟੀਬਾਜ਼ੀ ਤੋਂ ਉੱਪਰ ਉੱਠਾਂਗੇ ਅਸੀਂ। ਅਸੀਂ ਇਸ ਨੂੰ ਇਸ ਕਰਕੇ ਅੱਗੇ ਲੈ ਕੇ ਆਉਂਦਾ ਕਿ ਅੱਗੇ ਇਹਨਾਂ ਦੇ ਪਰਿਵਾਰ ਨੇ ਵੀ ਸੇਵਾ ਕੀਤੀ, ਇਹ ਵੀ ਸੇਵਾ ਕਰੇ 5 ਸਾਲ। ਕੰਮ ਕਾਫੀ ਹੋਣ ਵਾਲਾ, ਜਿਵੇਂ ਹੋਸਪਿਟਲ ਆ ਜੀ ਬਣਿਆ ਵਾ ਕਾਫੀ ਗ੍ਰੇਡ 'ਚ ਵੱਡਾ, ਉੱਥੇ ਬਿਲਡਿੰਗ ਨਹੀਂ ਹੈਗੀ, ਜਿਵੇਂ ਸੜਕਾਂ ਨਾਲੀਆਂ ਹੋਰ ਆਪਣੇ ਗਰਾਊਂਡ ਦੇ ਵਿੱਚ ਉਹਨਾਂ ਹੈ ਨਹੀਂ ਗਾ ਕੁਛ ਵੀ, ਸੀਵਰੇਜ ਸਿਸਟਮ ਨਹੀਂ, ਪਾਣੀ ਦੀ ਨਿਕਾਸੀ ਦੀ ਸਭ ਤੋਂ ਵੱਡੀ ਪ੍ਰੋਬਲਮ ਆ ਉਹ। ਹੁਣ ਸਾਡੇ ਦੀ ਸਰਕਾਰ ਕਰੇ, ਅਸੀਂ ਤਾਂ ਆਪਦਾ ਕੰਮ ਪੂਰਾ ਕਰਤਾ ਪਿੰਡ ਵਾਲਿਆਂ ਨੇ, ਜਿਹੜਾ ਸਰਕਾਰ ਦਾ ਉਹ ਸਾਨੂੰ ਪੂਰਾ ਕਰੇ, ਸਾਨੂੰ ਗਰਾਂਟਾਂ ਦੇਵੇ, ਅਸੀਂ ਵੱਧ ਤੋਂ ਵੱਧ ਪਿੰਡ ਦੀ ਡਿਵੈਲਪਮੈਂਟ ਕਰੀਏ। ਸਾਡਾ ਪਰਿਵਾਰ ਸਾਰਾ ਨਿਊਯਾਰਕ ਵੈਲ ਸੈਟਲਡ ਆ, ਇਹ ਵੀ ਗ੍ਰੀਨ ਕਾਰਡ ਹੋਲਡਰ ਨੇ, ਸਾਡਾ ਇੱਕ ਡ੍ਰੀਮ ਆ ਸਾਡੀ, ਕਿਉਂਕਿ ਇਸ ਪਿੰਡ, ਇਹ ਸਾਡਾ ਇੱਕ ਜੱਦੀ ਪਿੰਡ ਆ, ਅਸੀਂ ਚਾਹੁੰਦੇ ਹਾਂ ਵੀ ਇਹ ਪਿੰਡ ਨੂੰ ਉਚਾਈਆਂ ਵੱਲ ਲਿਜਾਈਏ ਤਾਂ ਕਿ ਸਾਡੀ ਕੋਈ ਯਾਦ ਬਣੇ ਇੱਥੇ, ਕਿਉਂਕਿ ਅਸੀਂ ਪਿੰਡ ਦੀ ਭਲਾਈ ਲਈ ਜੋ ਕੁਛ ਕਰਨਾ ਚਾਹੁੰਦੇ ਹਾਂ ਨਾ, ਵੀ ਇਹ ਪਿੰਡ NRI ਦੇ ਮਤਲਬ ਇੱਕ
ਤੇ ਪਲੇ ਗਰਾਊਂਡ ਕੋਈ ਨਹੀਂ ਸਕੂਲ ਦੇ ਵਿੱਚ। ਬਾਹਰੋਂ ਵੀ ਇੱਥੇ ਸਹਿਯੋਗ ਦੋਗੇ ਨਾਲ? ਬਿਲਕੁਲ, ਪਹਿਲਾਂ ਵੀ ਇਹ ਪੂਰਾ ਸਹਿਯੋਗ ਦਿੱਤਾ ਮੈਂ, ਜਿੰਨੀ ਵੀ ਮਹਾਰਾਜ ਨੇ ਸਮਤ ਬਖਸ਼ਿਆ, ਹੌਂਸਲਾ ਬਖਸ਼ਿਆ, ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰੀਆ ਵੀ ਪਿੰਡ ਦੀ ਭਲਾਈ 'ਚ ਜਿੰਨਾ ਵੀ ਅਸੀਂ ਯੋਗਦਾਨ ਪਾ ਸਕਦੇ ਹਾਂ ਅਸੀਂ ਪਹਿਲਾਂ ਵੀ ਪਾਇਆ ਔਰ ਇਸ ਤੋਂ ਵੀ ਅੱਗੇ ਜਾ ਕੇ ਦੋਗੇ ਇੱਥੇ? ਬਿਲਕੁਲ ਹਾਂਜੀ, ਜ਼ਿਆਦਾ ਟਾਈਮ ਇੱਥੇ ਅਸੀਂ ਮਤਲਬ ਵੱਧ ਤੋਂ ਵੱਧ ਟਾਈਮ ਦੇਵਾਂਗੇ ਪਿੰਡ ਨੂੰ। ਉਹੀ ਨਕਸ਼ਾ ਸਾਡੇ ਦਿਮਾਗ 'ਚ ਵੀ ਜੋ ਅਸੀਂ ਨਿਊਯਾਰਕ ਉਹ ਪਿੰਡ ਉਹ ਕੰਟਰੀ ਇੰਨਾ ਸਾਫ਼ ਸੁਥਰਾ ਰਹਿ ਸਕਦਾ, ਉਹ ਲੋਕਾਂ ਨੂੰ ਇੰਨੀਆਂ ਜ਼ਿਆਦਾ ਸਹੂਲਤਾਂ ਮਿਲ ਸਕਦੀਆਂ ਨੇ, ਤਾਂ ਅਸੀਂ ਕਿਉਂ ਨਹੀਂ ਕਰ ਸਕਦੇ? ਅਸੀਂ ਕਰ ਸਕਦੇ ਹਾਂ, ਸਭ ਕੁਝ ਕਰ ਸਕਦੇ ਹਾਂ, ਸਿਰਫ ਸਾਨੂੰ ਰਹਿਨੁਮਾਈ ਦੀ ਲੋੜ ਹੈ, ਪਿੰਡ ਵਾਸੀਆਂ ਦੀ ਸਹਿਯੋਗ ਦੀ ਲੋੜ ਹੈ, ਉਹ ਸਾਡੇ ਨਾਲ ਤੁਰਨ। ਮੈਂ ਆਪਣੇ ਪਿੰਡ ਲਈ ਵਿਕਾਸ ਕਰਨਾ ਚਾਹੁੰਦੀ ਹਾਂ ਅਤੇ ਮੈਨੂੰ ਪਿੰਡ ਦੇ ਲੋਕਾਂ ਨੇ ਇਹ ਸੀਟ ਦਿੱਤੀ ਹੈ। ਮੈਂ ਆਪਣੀ ਕਾਂਗਰਸ ਪਾਰਟੀ ਨਾਲ ਬਚਪਨ ਤੋਂ ਹੀ ਜੁੜੀ ਹੋਈ ਹਾਂ, ਪਹਿਲਾਂ ਮੈਂ ਇੱਥੇ ਬਲਾਕ ਸੰਮਤੀ ਜਿੱਤੀ ਹੈ। ਮੇਰਾ ਇੱਕ ਸੁਪਨਾ ਇਹ ਹੈ ਕਿ ਮੈਂ ਆਪਣੇ ਪਿੰਡ ਨੂੰ ਇੱਕ ਬਹੁਤ ਵਧੀਆ ਬਣਾਵਾਂ ਅਤੇ ਜਿਹੜੀ ਇਹਨਾਂ ਨੂੰ ਲੋੜਵੰਦ ਹੈ ਸਾਰੀਆਂ ਚੀਜ਼ਾਂ ਪੂਰੀਆਂ ਕਰਾਂ। ਕੀ ਦੇਖ ਰਹੇ ਹੋ ਪਟਿਆਲਾ ਟੀਵੀ? ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ, ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ। ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ਪੰਜਾਬ ਦਾ ਨੰਬਰ 1 ਦੁਬਈ ਗਲੋਬਲ ਅਚੀਵਰ ਅਵਾਰਡ ਪ੍ਰਾਪਤ 1991 ਵਿੱਚ ਸਥਾਪਿਤ ਹੋਈ ਪਟਿਆਲਾ ਦੀ ਸਵੈ ਰੁਜ਼ਗਾਰ ਪ੍ਰਦਾਨ ਕਰਾਉਣ ਵਾਲੀ ਪਹਿਲੀ ਅਤੇ ਪੁਰਾਣੀ ਸੰਸਥਾ IPMT ਦੇਸ਼ ਭਗਤ ਯੂਨੀਵਰਸਿਟੀ ਅਤੇ PTU ਤੋਂ ਮਾਨਤਾ ਪ੍ਰਾਪਤ ਮਾਡਰਨ ਟੈਕਨੀਕਾਂ ਰਾਹੀਂ ਬਣੀ 5 ਮੰਜ਼ਿਲਾ ਇਹ ਸੰਸਥਾ 10ਵੀਂ ਅਤੇ +2 ਤੋਂ ਬਾਅਦ ਗੌਰਮੈਂਟ ਅਤੇ ISO ਸਰਟੀਫਾਈਡ ਡਿਪਲੋਮੇ OT DMLT ਐਕਸਰੇ ਆਪਥਲਮਿਕ ਅਸਿਸਟੈਂਟ ECG ਫਿਜ਼ੀਓਥੈਰੇਪੀ ਹੁਣ ਹਿੰਦੀ ਪੰਜਾਬੀ ਤੇ ਅੰਗਰੇਜ਼ੀ ਵਿੱਚ ਵੀ ਕਰ ਸਕਦੇ ਹੋ। ਵਿਦਿਆਰਥੀ ਨੂੰ ਪੜ੍ਹਾਉਣ ਦੀਆਂ ਨਵੀਆਂ ਤਕਨੀਕਾਂ ਲਾਈਵ ਪ੍ਰੋਜੈਕਟਰ ਸਲਾਈਡ ਪ੍ਰੋਜੈਕਟਰ ਓਵਰਹੈਡ ਪ੍ਰੋਜੈਕਟਰ DMLT ਕੋਰਸਾਂ ਲਈ ਮੈਨੂਅਲ ਅਤੇ ਕੰਪਿਊਟਰਾਈਜ਼ਡ ਲੈਬ ਓਪਰੇਸ਼ਨ ਥੀਏਟਰ ਐਕਸਰੇ ਪਲਾਂਟ ECG ਮਸ਼ੀਨ ਆਈ ਟੈਸਟਿੰਗ ਅਤੇ ਚਸ਼ਮੇ ਬਣਾਉਣ ਦੀਆਂ ਮਸ਼ੀਨਾਂ ਹੋਸਟਲ ਅਤੇ ਖਾਣੇ ਦਾ ਖਾਸ ਪ੍ਰਬੰਧ। ਤੁਸੀਂ ਵੀ ਆਪਣੇ ਬੱਚਿਆਂ ਦਾ ਫਿਊਚਰ ਸੰਵਾਰਨਾ ਚਾਹੁੰਦੇ ਹੋ ਤਾਂ ਸਾਡੇ ਇੰਸਟੀਚਿਊਟ ਇੱਕ ਵਾਰ ਆ ਕੇ ਜ਼ਰੂਰ ਵੇਖੋ। ਸੰਪਰਕ ਕਰੋ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ, ਮੇਨ ਰੋਡ ਫੈਕਟਰੀ ਏਰੀਆ ਨੇੜੇ ਸ਼ਿਵ ਮੰਦਿਰ ਪਟਿਆਲਾ, 0175-1218-93-560-91-560, 90-560-90-02, www.gurunanakinstitute.com।